ਪੰਜਾਬ ਬਣਾ ਕੇ ਜਿਹੜੇ ਆਰਡੀਨੈਂਸ ਆ ਪੰਜ ਲੋਕ ਵਿਰੋਧੀ ਉਹਨਾਂ ਨੂੰ ਮੁਕੰਮਲ ਤੌਰ 'ਤੇ ਰੱਦ ਕੀਤਾ ਜਾਵੇ ਅਤੇ ਨਵੇਂ ਸਿਰਿਓਂ ਜਿਹੜੇ ਆ ਲੋਕ ਪੱਖੀ ਜਿਹੜੇ ਆ ਉਹ ਕਾਨੂੰਨ ਬਣਾਏ ਜਾਣ। ਸੁਣਵਾਈ ਕਿਤੇ ਨਹੀਂ ਹਾਲੇ ਵੀ ਹੁੰਦੀ ਦਿਖਾਈ ਦੇ ਰਹੀ, ਲੱਗਦਾ ਵਾ ਕਿ ਇੰਨਾ ਪ੍ਰਦਰਸ਼ਨ ਲੰਬਾ ਹੋ ਚੁੱਕਾ ਵਾ, ਸੁਣਵਾਈ ਕਿਤੇ ਹੋਈ? ਸੁਣਵਾਈ ਬਹੁਤ ਵਧੀਆ ਹੋ ਰਹੀ ਹੈ, ਸੁਣਵਾਈ ਜਿੱਥੋਂ ਤੱਕ ਕਹਿ ਰਹੇ ਕੋਈ ਹੋ ਨਹੀਂ ਰਹੀ। 80% ਤੋਂ ਕਹਿ ਗਏ ਕਿ ਆਰਡੀਨੈਂਸ ਅਸੀਂ ਜਿਹੜੇ ਆ ਤਬਦੀਲ ਕਰ ਦਿੰਦੇ ਹਾਂ, ਪਿੱਛੇ ਕੀ ਰਹਿ ਗਿਆ? ਸਿਰਫ ਉਹ ਆਪਣੀ ਸਰਕਾਰ ਜਿਹੜੀ ਭਾਜਪਾ ਉਹ ਵਕਾਰ ਦਾ ਸਵਾਲ ਬਣਾਈ ਬੈਠੀ ਆ ਅਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਇਹ ਸਿਰਫ ਟਾਈਮ ਲੰਘਾਉਣ ਦੀ ਆ, ਜਿਹੜਾ ਕਿ ਲੋਕਾਂ ਦੇ ਵਿੱਚ ਗੁੱਸਾ ਲਗਾਤਾਰ ਰੋਜ਼ ਦੇ ਰੋਜ਼ ਵੱਧ ਰਿਹਾ ਸਰਕਾਰ ਪ੍ਰਤੀ। ਕਹਿੰਦੇ ਤਾਂ ਕਹਿਣਾ ਕਿ ਸਿਰਫ ਸੋਧ ਕੀਤੇ ਜਾਣਗੇ, ਕਾਨੂੰਨ ਨਹੀਂ ਵਾਪਸ ਲਏ ਜਾਣਗੇ। ਅਸੀਂ ਜਿੰਨਾ ਚਿਰ ਇਹ ਕਾਨੂੰਨ ਪੂਰੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਆਪਣਾ ਜਾਰੀ ਰਹੂਗਾ। ਜਦੋਂ 80% ਸੋਧਾਂ ਆ ਗਈਆਂ ਤਾਂ ਮਗਰ ਰਹਿ ਕੀ ਗਿਆ? ਸਿਰਫ ਉਹ ਡੱਬਾ ਜਿਹੜਾ ਉਹ ਰੱਖਣਾ ਚਾਹੁੰਦੇ ਵੀ ਡੱਬਾ ਨਹੀਂ ਸਾਡਾ, ਮਤਲਬ ਕਸਤਮਸ ਹੋਣਾ ਚਾਹੀਦਾ, ਅਸੀਂ ਉਹ ਡੱਬਾ ਵੀ ਬਦਲਾਉਣਾ। ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ, ਚਾਹੇ ਉਹ ਕਾਂਗਰਸ ਆ, ਚਾਹੇ ਅਕਾਲੀ ਦਲ, ਚਾਹੇ ਆਮ ਆਦਮੀ ਪਾਰਟੀ, ਉਹ ਆਪਣੇ ਵੱਖਰੇ ਧਰੇ ਬਣਾ ਕੇ ਪ੍ਰਦਰਸ਼ਨ ਕਰਦੀਆਂ ਦਿਖਾਈ ਦੇ ਰਹੀਆਂ। ਲੱਗਦਾ ਨਹੀਂ ਕਿ ਕਿਸਾਨਾਂ ਦੇ ਨਾਲ ਹੀ ਮਿਲ ਕੇ ਪ੍ਰਦਰਸ਼ਨ ਕਰਨਾ ਚਾਹੀਦਾ? ਨਹੀਂ, ਉਹ ਤਾਂ ਹੁਣ ਉਹਨਾਂ ਦੀਆਂ ਮਜਬੂਰੀਆਂ ਬਣੀਆਂ ਨੇ, ਉਹਨਾਂ ਦਾ ਮਤਲਬ ਲੋਕਾਂ 'ਚ ਜਾਣਾ ਕੱਲ੍ਹ ਨੂੰ 2022 ਦੇ ਵਿੱਚ ਉਹਨਾਂ ਦਾ ਆਪਣਾ ਸਿਸਟਮ ਆ, ਅਸੀਂ ਉਹਨਾਂ ਬਾਰੇ ਕੀ ਕਰ ਸਕਦੇ? ਉਹਨੂੰ ਬਾਰੇ ਨਹੀਂ ਸਾਡੀ ਕੋਈ ਹੈਗੀ, ਯਾਨੀ ਉਹਨਾਂ ਦੀਆਂ ਮਜਬੂਰੀਆਂ ਜਿਹੜੀਆਂ ਕਰਾ ਰਹੀਆਂ। ਵੱਡੀ ਤਾਦਾਦ ਇਕੱਠੀਆਂ ਹੋਈਆਂ ਨੇ, ਜਗ੍ਹਾ ਜਗ੍ਹਾ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ, ਪਰ ਸੁਣਵਾਈ ਕਿਤੇ ਨਹੀਂ ਹੋ ਰਹੀ। ਕਿਤੇ ਨਹੀਂ ਹੋ ਰਹੀ, ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਆ, ਪਰ ਹੋਣੀ ਚਾਹੀਦੀ ਹੈ। ਮੋਦੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਜ਼ਰੂਰ ਸਾਡੀ ਆਵਾਜ਼ ਜਿਹੜੀ ਹੈ ਸੁਣੀ, ਕਿਉਂ ਵੇਖੋ ਕਿੰਨੇ ਬਜ਼ੁਰਗ, ਮਾਤਾ, ਭੈਣਾਂ, ਛੋਟੀਆਂ ਬੇਟੀਆਂ, ਬੱਚੇ ਕਿਸ ਤਰ੍ਹਾਂ ਠੰਡ ਦੇ ਵਿੱਚ ਰੋਂਦੇ ਫਿਰਦੇ, ਕਿਉਂ ਨਹੀਂ ਸਾਡੀ ਆਵਾਜ਼ ਨੂੰ ਸੁਣਦਾ? ਸਾਡੇ ਕਿਸਾਨਾਂ ਨੂੰ ਕਿਉਂ ਰੋ ਰਿਹਾ ਵਾ ਚੀਜ਼ਾਂ ਦੇ ਉੱਤੇ? ਨਹੀਂ ਰੋਣਦੇ, ਬਿਲਕੁਲ ਬਰਖਲਾਫ ਲੋਕੀ ਮੋਦੀ ਸਾਹਿਬ ਨਾਰਾ ਕਿਤੇ ਲਗਾਇਆ ਗਿਆ ਸੀ ਇਸ ਸਰਕਾਰ ਦੇ ਵੱਲੋਂ, ਬੇਟੀ ਪੜ੍ਹਾਓ ਬੇਟੀ ਬਚਾਓ, ਲੱਗਦਾ ਕਿ ਅੱਜ ਉਹ ਨਾਰੇ ਤੋਂ ਪੂਰਾ? ਨਹੀਂ ਜੀ, ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਜੀ, ਇਹ ਕਿਸਾਨਾਂ ਨੂੰ ਮਾਰਨ ਵਾਸਤੇ ਤਿਆਰ ਹੋਇਆ, ਪਰ ਨਹੀਂ ਵੈਸੇ ਕਰਨਾ ਚਾਹੀਦਾ ਇਹਨੂੰ ਵੀ, ਜਿਹੜੇ ਕਾਨੂੰਨ ਨੇ ਕੀਤੇ ਪਾਸ ਉਹਨੂੰ ਆਪਣੇ ਵਾਪਸ ਲੈਣੇ ਚਾਹੀਦੇ ਆ। ਸਾਡੀ ਇਹੀ ਅਰਦਾਸ ਹੈ, ਇਹੀ ਬੇਨਤੀ ਇਹਦੇ ਬਾਰੇ ਕਿ ਆਪਣੇ ਕਾਨੂੰਨ ਜਿਹੜੇ ਵਾਪਸ ਲਵੇ ਅਤੇ ਸਾਨੂੰ ਕਿਸਾਨਾਂ ਨੂੰ ਖੁਸ਼ ਰੱਖੇ। ਜੇ ਦੇਖਿਆ ਜਾਵੇ ਤਾਂ ਕਿਸਾਨ, ਚਾਹੇ ਉਹ ਮਰਦ ਲਾ ਲਈਏ ਚਾਹੇ ਬੀਬੀਆਂ ਲਾ ਲਈਏ, ਪ੍ਰਦਰਸ਼ਨ 'ਚ ਉਤਰੀਆਂ ਹੋਈਆਂ ਨੇ, ਅਤੇ ਜੇ ਕਿਹਾ ਜਾਂਦਾ ਵੀ ਪਿੱਛੇ ਕੰਮ ਫਿਰ ਕਿਸ ਤਰੀਕੇ ਨਾਲ ਚੱਲ ਰਿਹਾ, ਘਰ ਦਾ ਜਾਂ ਖੇਤੀ ਦਾ? ਕੰਮ ਵੇਖੋ ਸਾਡੇ ਚੱਲਦੇ ਰਹਿਣੇ ਆ ਅਤੇ ਚੱਲਦੇ ਰਹਿਣਗੇ, ਹਰ ਟਾਈਮ ਹਰ ਕਦਮ ਨਾਲ ਆ ਕਿਸਾਨੀ ਦੇ ਅਤੇ ਰਹਾਂਗੇ। ਕੀ ਕਹਿਣਾ ਚਾਹੁੰਦੇ ਹੋ ਫਿਰ ਕੇਂਦਰ ਸਰਕਾਰ? ਅਸੀਂ ਕੇਂਦਰ ਸਰਕਾਰ ਨੂੰ ਇਹ ਸਲਾਹ ਦਿੰਦੇ ਹਾਂ ਵੀ ਕਾਨੂੰਨ ਜਿਹੜੇ ਆ ਵਾਪਸ ਲਵੇ ਅਤੇ ਕਿਸਾਨ ਵੀ ਆਪਣੇ ਘਰ ਰਹਿਣ, ਬੱਚਿਆਂ ਵਿੱਚ ਰਹਿਣ, ਜਾਣ ਅਤੇ ਆਪਣੇ ਬੱਸਣ, ਖੁਸ਼ ਰਹਿਣ। ਅਸੀਂ ਬਟਾਲਾ, ਮੈਂ ਸਕੱਤਰ ਸਿੰਘ ਭੇਟ ਪੱਤਨ, ਅਸੀਂ ਬਟਾਲਾ SDM ਦੇ ਦਫ਼ਤਰ ਗਾੜੀ ਘਰਾਓ ਕੀਤਾ ਆ। ਇਹ ਜਿਹੜਾ ਸਾਡਾ ਮਕਸਦ ਸੀ ਵੀ ਇਹ ਹੀ ਡੀਸੀਆਂ ਦਾ, ਇਹ ਮਤਲਬ ਜ਼ਿਲ੍ਹੇ ਪੱਧਰ ਨਹੀਂ ਆਪਣਾ ਪ੍ਰੋਗਰਾਮ, ਇਹ ਪੰਜਾਬ ਪੱਧਰ ਨਹੀਂ ਹੈਗਾ, ਇਹ ਆਪਣਾ ਪ੍ਰੋਗਰਾਮ ਜੇ ਇਹ ਮਤਲਬ ਭਾਰਤ ਸਾਰੇ ਦਾ ਡੀਸੀਆਂ ਤੋਂ ਧਰਨਾ। ਅਸੀਂ DC ਦਫ਼ਤਰ ਫਿਰ ਨਹੀਂ ਲਾਇਆ, ਸਾਨੂੰ ਬਟਾਲਾ ਨੇੜੇ ਪੈ ਗਿਆ, ਅਸੀਂ ਬਟਾਲੇ ਲਾਇਆ। ਇੱਕ ਸਾਡੀ ਸਟੇਟ ਥੋੜ੍ਹੀ ਜਿਹੀ ਅਲੱਗ ਆ, ਉਸ ਕਰਕੇ ਅਸੀਂ ਬਟਾਲੇ SDM ਦੇ ਲਾਇਆ। ਕੀ ਕਹਿਣਾ ਚਾਹੁੰਦੇ ਹੋ ਖੇਤੀ ਕਾਨੂੰਨ ਨੂੰ ਲੈ ਕੇ? ਕੇਂਦਰ ਹਾਲੇ ਝੁਕਦੀ ਦਿਖਾਈ ਦਿੰਦੀ ਹੈ? ਕੋਈ ਗੱਲ ਨਹੀਂ, ਅਕਸਰ ਝੁਕੂਗੀ, ਹੁਣ ਝੁਕਦੀ ਨਹੀਂ, ਜਿਉਂ ਜਿਉਂ ਨਹੀਂ ਝੁਕਦੀ ਹੈਗੀ, ਮੀਡੀਆ ਰੋਜ਼ ਆਉਂਦਾ ਰਹਿੰਦਾ, ਇਹਨਾਂ ਨੂੰ ਪਤਾ ਦਿਨੋਂ ਦਿਨ ਸਾਡੀ ਗਿਣਤੀ ਵਧੀ ਜਾਂਦੀ ਆ, ਬੀਬੀਆਂ ਦੀ ਵਧੀ ਜਾਂਦੀ ਆ, ਬੱਚੇ ਸਾਡੇ ਨਾਲ ਆ, ਬਜ਼ੁਰਗ ਸਾਡੇ ਨਾਲ ਆ, ਕੋਈ ਗੱਲ ਨਹੀਂ। ਇਹਨੇ ਪਹਿਲਾਂ ਸਾਨੂੰ 2 ਵਾਰੀ ਉੱਦਾਂ ਹੀ ਵੈਸੇ ਮੀਟਿੰਗ ਸੱਦ ਕੇ, ਮੀਟਿੰਗ ਨਹੀਂ ਕੀਤੀ ਹੈਗੀ, ਸੱਦ ਲਿਆ, ਹੁਣ ਆਪ ਸਾਦਾ ਰੋਜ਼, ਹੁਣ ਕਹਿੰਦਾ ਸਾਰੇ ਕਾਨੂੰਨ ਜਿਹੜੇ ਤੁਹਾਡੇ ਆ ਉਹ ਜੋ ਲਿਖਾਉਣਾ ਲਿਖਾ ਲਓ, ਕਾਨੂੰਨ ਰੱਦ ਨਾ ਕਰਾਓ। ਜਥੇਬੰਦੀਆਂ ਨੇ ਕੀ ਫੈਸਲਾ ਲਿਆ ਇਸ ਗੱਲ? ਇਸ ਗੱਲ 'ਤੇ ਜਥੇਬੰਦੀਆਂ ਕਹਿੰਦੀਆਂ ਵੀ ਹਾਂ ਨਾ, ਸਾਡੀ ਹਾਂ ਨਾ, ਜੇ ਤੇਰੇ 'ਚ ਹੈਗਾ ਸਾਡੀ ਹਾਂ ਨਾ ਆ, ਜੇ ਤੈਨੂੰ ਰੱਦ ਨਹੀਂ ਕਰਾਉਣਾ, ਅਸੀਂ ਕੁਛ ਨਹੀਂ ਇਹਦਾ ਕਰਾਉਣਾ ਹੈਗਾ, ਅਸੀਂ ਇਹਨੂੰ ਪਾੜਨਾ ਹੈ, ਇਹ ਬਿੱਲ ਨਵੇਂ ਸਿਰੇ ਜਿਹੜਾ ਬਣਾਉਣਾ ਹੈ, ਇਹ ਸਾਨੂੰ ਨਾਲ ਲੈ ਕੇ ਬਣਾਇਆ ਜਾਵੇ, ਇਕੱਲਾ ਨਹੀਂ ਬਣਾਇਆ ਜਾਵੇ, ਜਿਹੜੇ 3 ਬੰਦੇ ਅੰਦਰ ਵੜ ਕੇ ਇਹ ਬਿੱਲ ਪਾਸ ਕਰਦੇ ਆ ਉਹ ਨਹੀਂ ਹੋਣਾ, ਇਹ ਕਿਸਾਨ ਜਥੇਬੰਦੀਆਂ ਨਾਲ ਹੋਣਗੀਆਂ, ਬਿੱਲ ਨਵਾਂ ਬਣੂਗਾ।